ਇਹ ਰਿਹਾ ਕਾਲ ਦੋਸਤੋ ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਸਾਰੇ ਸਰੋਤਿਆਂ ਨੂੰ ਜੀ ਆਣ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਚ ਇੱਥੇ ਲੱਗ ਗਈ 21 ਨਵੰਬਰ ਤੱਕ ਇਹ ਸਾਫਤ ਪਾਪਨ ਦੀ ਨਾਮ ਮਿਲਣ ਵਾਲੇ ਤੇ ਹੋਵੇਗੀ ਸਾਫਤ ਕਾਰਵਾਈ ਵੀਡੀਓ ਨੂੰ ਸ਼ੁਰੂਦ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਵੀਡੀਓ ਬਾਰੇ ਸਾਰੇ ਇਨਫੋਰਮੇਸ਼ਨ ਮਿਲ ਸਕੇ ਇੱਥੇ ਲਗਾਤਾਰ ਵੱਧ ਰਹੇ ਫੈਕਟਰੀਆਂ ਦੇ ਤੂਹੇ ਨਾਲ ਪ੍ਰਦੂਸ਼ਿਤ ਹੋ ਰਹੇ ਉਹਨਾਂ ਦੇ ਝੋਨੇ ਦੀ ਰਹਿਣਦ ਹੂੰਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਹੋਰ ਪਰ ਦੂਸ਼ਿਤ ਹੁੰਦਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਇਸ ਦੇ ਕੰਟਰੋਲ ਦੇ ਕਾਰਨ ਲਈ ਕਈ ਹੁਕਮ ਵੀ ਜਾਰੀ ਕੀਤੇ ਗਏ ਹਨ ਪਟਿਆਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਅਮਿਤ ਨੇ ਫੌਜਦਾਰੀ ਜਾਪਤਾ ਸੰਤਾ ਦੀ ਧਾਰਾ 147 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਵੇਂ ਨਿਯਮ ਜਾਰੀ ਕੀਤੇ ਹਨ ਅਨਦਰ ਅਸਲ ਜ਼ਿਲ੍ਹਾ ਪਟਿਆਲਾ ਵਿੱਚ ਝੋਨੇ ਦੀ ਰਹਿਤ ਹੁੰਦੋਂ ਆਦਲ ਗਾਉਣ ਦੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਲਾ ਮੈਜਿਸਟ੍ਰੇਟ ਦੇ ਹੁਕਮਾਂ ਜਾਰੀ ਹੁਕਮਾਂ ਵਿੱਚ ਇਹ ਕਿਹਾ ਗਿਆ ਹੈ ਕਿ ਝੋਨੇ ਦੀ ਫਸਲ ਕਟਾਈ ਤੋਂ ਉਪਰੰਤ ਜ਼ਮੀਨ ਮਾਲਕਾਂ ਵੱਲੋਂ ਝੋਨੇ ਦੀ ਰੈਂਦ ਹੁੰਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਹਵਾ ਵਿੱਚ ਧੂਆ ਪ੍ਰਦੂਸ਼ਿਤ ਹੋ ਜਾਂਦਾ ਹੈ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਆਮ ਲੋਕਾਂ ਬੱਚਿਆਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਤੇ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਇਸ ਨਾਲ ਅਗਲੇ ਹਲੇਤ ਵਾਲੇ ਦੀ ਖੜੀ ਦਾ ਵੀ ਨੁਕਸਾਨ ਹੋ ਜਾਂਦਾ ਹੈ ਇਸ ਤੋਂ ਇਲਾਵਾ ਦੁਰਲੱਭ ਤੈਲ ਆਵਦਾਇਕ ਜੀਵ ਜੰਤਵਾਂ ਦੀ ਵਿਰਸਤ ਦਾ ਆਤਮਾ ਹੋ ਜਾਂਦਾ ਉੱਥੇ ਹੀ ਸੜਕ ਦੇ ਨਾਲ ਲੱਗਦੇ ਖੇਤਾਂ ਦੇ ਉੱਪਰ ਸੜਕ ਉੱਪਰ ਧੂਆਂ ਹੋਣ ਕਾਰਨ ਆਵਾਜ਼ ਆਵੇ ਚ ਕਪਣ ਪੈਂਦੀ ਅਤੇ ਵੱਡੀ ਕੁਟਰਾ ਗੁਰਕਟਣਾ ਹੋ ਸਕਦੇ ਹੈ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਦੇ ਨਾਲ ਹੀ ਪਟਿਆਲਾ ਜ਼ਿਲ੍ਹਾ ਵਿੱਚ ਵੱਖ-ਵੱਖ ਸਥਾਨਾਂ ਤੇ ਅਹਿਮ ਪਲਾਟ ਜਿਸ ਵਿੱਚ ਬਹੁਤ ਬੈਲੈਂਸ ਵਾਲੇ ਪਦਾਰਥ ਹਨ ਜਿਲਾ ਵਿੱਚ ਕਈ ਥਾਵਾਂ ਤੇ ਗੈਸ ਪਾਈਪ ਲਾਈਨ ਵਿਲੰਗਦੀ ਹੈ ਤੇ ਇਹਨਾਂ ਪਲਾਟਾਂ ਦੇ ਆਸ-ਪਾਸ ਝੋਨੇ ਦੀ ਰਹਿ ਹੁੰਦ ਰੋ ਅੱਗ ਲਗਾਉਣ ਨਾਲ ਕੋਈ ਵੱਡਾ ਨੁਕਸਾਨ ਵਾਪਰਿਆ ਜਾ ਸਕਦਾ